ਹੁਣ ਤਾਂ ਪੈਦਲ ਜਾਣ ਦਾ ਵੀ ਸਮਾਂ ਨਹੀਂ ਰਿਹਾ। ਜੇਕਰ ਸੀਸੀਟੀਵੀ ਨਾ ਹੁੰਦਾ ਸ਼ਾਇਦ ਯਕੀਨ ਕਰਨਾ ਔਖਾ ਹੋਣਾ ਸੀ। ਤਸਵੀਰਾਂ ਨੂੰ ਜ਼ਰਾ ਗੌਰ ਨਾਲ ਦੇਖੋ, ਦੋ ਬਾਈਕ 'ਤੇ 6 ਲੁਟੇਰੇ ਬੈਠੇ ਹੋਏ ਨੇ, ਜਿਨ੍ਹਾਂ ਦੇ ਵੱਲੋਂ ਇੱਕ ਨੌਜਵਾਨ ਨੂੰ ਨਿਸ਼ਾਨਾ ਬਣਾਇਆ ਗਿਆ। ਉਹ ਨੌਜਵਾਨ ਜੋ ਪੈਦਲ ਇੱਥੋਂ ਜਾ ਰਿਹਾ ਸੀ, ਮੋਬਾਈਲ ਆਪਣਾ ਚਲਾ ਰਿਹਾ ਸੀ, ਤਾਂ ਪਹਿਲਾਂ ਇਹ ਲੁਟੇਰੇ ਸੜਕ ਤੋਂ ਲੰਘ ਗਏ, ਫਿਰ ਇੱਕਦਮ ਵਾਪਸ ਆਏ, ਜਿਨ੍ਹਾਂ ਨੇ ਇਸ ਨੌਜਵਾਨ ਨੂੰ ਘੇਰ ਕੇ ਇਸ 'ਤੇ ਹਮਲਾ ਕੀਤਾ। ਹੱਥ ਦੇ ਵਿੱਚ ਫੜਿਆ ਮੋਬਾਈਲ ਅਤੇ ਜੇਬ ਦੇ ਵਿੱਚ ਪਾਏ ਪੈਸੇ ਲੈ ਕੇ ਫਰਾਰ ਹੋਏ ਨੇ। ਇਹਨਾਂ ਦਾ ਪੂਰਾ ਕਾਰਨਾਮਾ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਇਆ। ਕਿਸ ਤਰੀਕੇ ਦੇ ਨਾਲ 6 ਲੁਟੇਰੇ ਨੇ, 2 ਮੋਟਰਸਾਈਕਲਾਂ 'ਤੇ ਸਵਾਰ ਨੇ, ਔਰ ਇਹਨਾਂ ਦੇ ਵੱਲੋਂ ਕਿਵੇਂ ਇਸ ਨੌਜਵਾਨ ਦਾ ਟਾਈਮ ਚੁੱਕਿਆ ਗਿਆ ਔਰ ਇਸ ਦੇ ਬਰਾਬਰ ਲਿਆ ਕੇ ਆਪਣੇ ਮੋਟਰਸਾਈਕਲ ਰੋਕੇ। ਕੁਝ ਲੁਟੇਰੇ ਥੱਲੇ ਉੱਤਰ ਆਏ, ਜਿਨ੍ਹਾਂ ਨੇ ਇਸ ਨੌਜਵਾਨ ਨੂੰ ਫੜ ਲਿਆ, ਔਰ ਹੱਥਾਂ ਦੇ ਵਿੱਚ ਤੇਜ਼ਤਰ ਹਥਿਆਰ ਨੇ, ਜਿਨ੍ਹਾਂ ਦੇ ਜ਼ੋਰ 'ਤੇ ਇਹਨਾਂ ਦੇ ਵੱਲੋਂ ਲੁੱਟ ਕੀਤੀ ਗਈ ਔਰ ਮੁੰਡੇ ਦਾ ਮੋਬਾਈਲ ਅਤੇ ਪੈਸੇ ਲੈ ਕੇ ਫਰਾਰ ਹੋ ਗਏ। ਹਾਲਾਂਕਿ ਨੌਜਵਾਨ ਨੇ ਇਹਨਾਂ ਦਾ ਪਿੱਛਾ ਕਰਨ ਦੀ ਇਹਨਾਂ ਦੇ ਵੱਲ ਇੱਟਾਂ ਵੀ ਵਗਾ ਕੇ ਮਾਰੀਆਂ, ਪਰ ਉਦੋਂ ਤੱਕ ਇਹ ਲੁਟੇਰੇ ਫਰਾਰ ਹੋ ਚੁੱਕੇ ਸੀ। ਤਾਂ ਜਲੰਧਰ ਦੇ ਸੋਢਲ ਰੋਡ 'ਤੇ ਸਥਿਤ SBI ਬੈਂਕ ਦੇ ਕੋਲ ਦੀਆਂ ਇਹ ਤਸਵੀਰਾਂ ਨੇ, ਜਿੱਥੇ ਬੇਖੌਫ ਲੁਟੇਰਿਆਂ ਦਾ ਕਹਿਰ ਨਜ਼ਰ ਆਇਆ। ਇਕੱਲਾ ਨੌਜਵਾਨ ਇੱਕ ਸੜਕ 'ਤੇ ਜਾ ਰਿਹਾ ਸੀ ਔਰ ਆਲੇ ਦੁਆਲੇ ਦੁਕਾਨਾਂ ਬੰਦ ਸਨ, ਔਰ ਇਹ ਲੁਟੇਰੇ 2 ਮੋਟਰਸਾਈਕਲਾਂ 'ਤੇ ਆਏ, ਜਿਨ੍ਹਾਂ ਦੇ ਵੱਲੋਂ ਇਸ ਨੌਜਵਾਨ ਦੀ ਲੁੱਟ ਖੋਹ ਕੀਤੀ ਗਈ। ਆਓ ਇੱਕ ਵਾਰ ਪੂਰੀਆਂ ਤਸਵੀਰਾਂ ਦੇਖੋ। ਹੁਣ ਤਾਂ ਪੈਦਲ ਜਾਣ ਦਾ ਵੀ ਸਮਾਂ ਨਹੀਂ ਰਿਹਾ। ਜੇਕਰ ਸੀਸੀਟੀਵੀ ਨਾ ਹੁੰਦਾ ਸ਼ਾਇਦ ਯਕੀਨ ਕਰਨਾ ਔਖਾ ਹੋਣਾ ਸੀ। ਤਸਵੀਰਾਂ ਨੂੰ ਜ਼ਰਾ ਗੌਰ ਨਾਲ ਦੇਖੋ, 2 ਬਾਈਕ 'ਤੇ 6 ਲੁਟੇਰੇ ਬੈਠੇ ਹੋਏ ਨੇ, ਜਿਨ੍ਹਾਂ ਦੇ ਵੱਲੋਂ ਇੱਕ ਨੌਜਵਾਨ ਨੂੰ ਨਿਸ਼ਾਨਾ ਬਣਾਇਆ ਗਿਆ। ਉਹ ਨੌਜਵਾਨ ਜੋ ਪੈਦਲ ਇੱਥੋਂ ਜਾ ਰਿਹਾ ਸੀ, ਮੋਬਾਈਲ ਆਪਣਾ ਚਲਾ ਰਿਹਾ ਸੀ, ਤਾਂ ਪਹਿਲਾਂ ਇਹ ਲੁਟੇਰੇ ਸੜਕ ਤੋਂ ਲੰਘ ਗਏ, ਫਿਰ ਇੱਕਦਮ ਵਾਪਸ ਆਏ, ਜਿਨ੍ਹਾਂ ਨੇ ਇਸ ਨੌਜਵਾਨ ਨੂੰ ਘੇਰ ਕੇ ਇਸ 'ਤੇ ਹਮਲਾ ਕੀਤਾ। ਹੱਥ ਦੇ ਵਿੱਚ ਫੜਿਆ ਮੋਬਾਈਲ ਅਤੇ ਜੇਬ ਦੇ ਵਿੱਚ ਪਾਏ ਪੈਸੇ ਲੈ ਕੇ ਫਰਾਰ ਹੋਏ ਨੇ। ਇਹਨਾਂ ਦਾ ਪੂਰਾ ਕਾਰਨਾਮਾ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਇਆ। ਕਿਸ ਤਰੀਕੇ ਦੇ ਨਾਲ 6 ਲੁਟੇਰੇ ਨੇ, 2 ਮੋਟਰਸਾਈਕਲਾਂ 'ਤੇ ਸਵਾਰ ਨੇ, ਔਰ ਇਹਨਾਂ ਦੇ ਵੱਲੋਂ ਕਿਵੇਂ ਇਸ ਨੌਜਵਾਨ ਦਾ ਟਾਈਮ ਚੁੱਕਿਆ ਗਿਆ ਔਰ ਇਸ ਦੇ ਬਰਾਬਰ ਲਿਆ ਕੇ ਆਪਣੇ ਮੋਟਰਸਾਈਕਲ ਰੋਕੇ। ਕੁਝ ਲੁਟੇਰੇ ਥੱਲੇ ਉੱਤਰ ਆਏ, ਜਿਨ੍ਹਾਂ ਨੇ ਇਸ ਨੌਜਵਾਨ ਨੂੰ ਫੜ ਲਿਆ, ਔਰ ਹੱਥਾਂ ਦੇ ਵਿੱਚ ਤੇਜ਼ਤਰ ਹਥਿਆਰ ਨੇ, ਜਿਨ੍ਹਾਂ ਦੇ ਜ਼ੋਰ 'ਤੇ ਇਹਨਾਂ ਦੇ ਵੱਲੋਂ ਲੁੱਟ ਕੀਤੀ ਗਈ ਔਰ ਮੁੰਡੇ ਦਾ ਮੋਬਾਈਲ ਅਤੇ ਪੈਸੇ ਲੈ ਕੇ ਫਰਾਰ ਹੋ ਗਏ। ਹਾਲਾਂਕਿ ਨੌਜਵਾਨ ਨੇ ਇਹਨਾਂ ਦਾ ਪਿੱਛਾ ਕਰਨ ਦੀ ਇਹਨਾਂ ਦੇ ਵੱਲ ਇੱਟਾਂ ਵੀ ਵਗਾ ਕੇ ਮਾਰੀਆਂ, ਪਰ ਉਦੋਂ ਤੱਕ ਇਹ ਲੁਟੇਰੇ ਫਰਾਰ ਹੋ ਚੁੱਕੇ ਸੀ। ਤਾਂ ਜਲੰਧਰ ਦੇ ਸੋਢਲ ਰੋਡ 'ਤੇ ਸਥਿਤ SBI ਬੈਂਕ ਦੇ ਕੋਲ ਦੀਆਂ ਇਹ ਤਸਵੀਰਾਂ ਨੇ, ਜਿੱਥੇ ਬੇਖੌਫ ਲੁਟੇਰਿਆਂ ਦਾ ਕਹਿਰ ਨਜ਼ਰ ਆਇਆ। ਇਕੱਲਾ ਨੌਜਵਾਨ ਇੱਕ ਸੜਕ 'ਤੇ ਜਾ ਰਿਹਾ ਸੀ ਔਰ ਆਲੇ ਦੁਆਲੇ ਦੁਕਾਨਾਂ ਬੰਦ ਸਨ, ਔਰ ਇਹ ਲੁਟੇਰੇ 2 ਮੋਟਰਸਾਈਕਲਾਂ 'ਤੇ ਆਏ, ਜਿਨ੍ਹਾਂ ਦੇ ਵੱਲੋਂ ਇਸ ਨੌਜਵਾਨ ਦੀ ਲੁੱਟ ਖੋਹ ਕੀਤੀ ਗਈ। ਆਓ ਇੱਕ ਵਾਰ ਪੂਰੀਆਂ ਤਸਵੀਰਾਂ ਦੇਖੋ।